ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 59452 ਐਪਲੀਕੇਸ਼ਨ ਓਨਾ 779 ਕਰਮਚਾਰੀਆਂ ਨੂੰ ਸੌਂਪੀਆਂ ਜੋ ਇਸ ਸਾਲ ਦੇ ਫਰਵਰੀ ਤੱਕ ਆਈਆਰਸੀਸੀ ਦੇ ਸਿਸਟਮ ਅੰਦਰ ਕੰਮ ਨਹੀਂ ਕਰ ਰਹੇ ਸਨ 59452 ਐਪਲੀਕੇਸ਼ਨ ਓਨਾ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਰਿਪੋਰਟ ਅਨੁਸਾਰ ਜੋ ਹੁਣ ਨੌਕਰੀ ਛੱਡ ਚੁੱਕੇ ਹਨ ਜਾਂ ਅਸਤੀਫਾ ਦੇ ਚੁੱਕੇ ਹਨ ਆਈਆਰਸੀਸੀ ਦੇ ਵੱਲੋਂ ਇਨ੍ਹਾਂ ਐਪਲੀਕੇਸ਼ਨਸ ਨੂੰ ਕਿਸੇ ਹੋਰ ਕਰਮਚਾਰੀ ਨੂੰ ਵੀ ਨਹੀਂ ਸੌਂਪਿਆ ਗਿਆ ਇਮੀਗ੍ਰੇਸ਼ਨ ਮਾਹਿਰ ਸੰਦੀਪ ਸਿੰਘ ਅਨੁਸਾਰ ਇਸ ਕਟਾਹੀ ਕਾਰਨ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋਇਆ ਕਾਂਡਾ ਦੀ ਇਮੀਗ੍ਰੇਸ਼ਨ ਦੇ ਉੱਤੇ ਲੋਕਾਂ ਦੀਆਂ ਜ਼ਿੰਦਗੀਆਂ ਲੋਕਾਂ ਦਾ ਕਰੀਅਰ ਲੋਕਾਂ ਦੀਆਂ ਲਾਈਫਸ ਡਿਪੈਂਡ ਕਰਦੀਆਂ ਨੇ ਸੋ ਉਸ ਦੇ ਵਿੱਚ ਸੀਰੀਅਸਨੈਸ ਹੋਣੀ ਉਹਦੇ ਵਿੱਚ ਐਸੇ ਬਲੰਡਰਸ ਹੋਣ ਦੇ ਉੱਤੇ ਸਵਾਲ ਖੜੇ ਕਰਨੇ ਬਹੁਤ ਜ਼ਰੂਰੀ ਬਣਦੇ ਨੇ ਦੂਸਰਾ ਕੰਜ਼ਰਵੇਟਿਵ ਪਾਰਟੀ ਤੋਂ ਸਾਬਕਾ ਸ਼ੈਡੋ ਮਿਨਿਸਟਰ ਜਸਰਾਜ ਸਿੰਘ ਹੱਲਣ ਇਸ ਸਭ ਦੇ ਲਈ ਮੌਜੂਦਾ ਲਿਬਰਲ ਸਰਕਾਰ ਨੂੰ ਦੋਸ਼ੀ ਮੰਨਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹਨਾਂ ਲੈਕੀਆਂ ਸਾਹਮਣੇ ਆ ਰਹੀਆਂ ਹਨ ਦੇਖੋ ਜੀ ਲਿਬਰਲ ਸਰਕਾਰ ਦੇ ਥੱਲੇ ਇਮੀਗ੍ਰੇਸ਼ਨ ਸਿਸਟਮ ਇਜ਼ ਬ੍ਰੋਕਨ ਇਹ ਤਾਂ ਇੱਕ ਹੋਰ ਐਗਜ਼ਾਮਪਲ ਆ ਗਿਆ ਸਾਡੇ ਸਾਹਮਣੇ ਜਦੋਂ ਸਾਨੂੰ ਪਤਾ ਆਲਰੇਡੀ 2.2 ਮਿਲੀਅਨ ਬੈਕਲੌਗ ਦੇ ਵਿੱਚ ਅਪਲੀਕੇਸ਼ਨ ਫਸੇ ਹੋਏ ਨੇ ਵੀ ਨੋ ਕਿੰਨੀ ਹਾਰਡਸ਼ਿਪ ਲੋਕੀ ਫੇਸ ਕਰ ਰਹੇ ਆ ਬਿਕਾਜ਼ ਆਫ ਦਾ ਹਾਊ ਬੈਡ ਜਿੰਨੀ ਮਿਸਮੈਨੇਜਮੈਂਟ ਹੋਇਆ ਇਮੀਗ੍ਰੇਸ਼ਨ ਦੇ ਵਿੱਚ ਇਮੀਗ੍ਰੇਸ਼ਨ ਵਾਇਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਆਉਣ ਵਾਲੇ 3 ਸਾਲਾਂ ਵਿੱਚ 15 ਲੱਖ ਤੋਂ ਵੱਧ ਲੋਕਾਂ ਨੂੰ ਕੈਨੇਡਾ ਸੱਦਣਾ ਚਾਹੁੰਦੀ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਵਿੱਚ ਐਪਲੀਕੇਸ਼ਨਸ ਦਾ ਬੈਕਲੌਗ 2 ਲੱਖ ਤੋਂ ਵੱਧ ਦਾ ਹੋ ਗਿਆ ਹੈ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਆਈਆਰਸੀਸੀ ਦੀ ਢਿੱਲੀ ਅਤੇ ਸੁਸਤ ਕਾਰਗੁਜ਼ਾਰੀ ਕੁਝ ਐਪਲੀਕੈਂਟਸ ਲਈ ਸਿਰਦਰਦੀ ਦਾ ਕਾਰਨ ਬਣ ਗਈ ਹੈ ਟੋਟਿਓ ਟੂ ਪੀਆਰ ਦੇ ਵਿੱਚ ਮੇਰੇ ਆਪ ਦੇ ਕਈ ਕਲਾਈਂਟਸ ਨੇ ਜਿਨ੍ਹਾਂ ਦੇ ਫਾਈਲ ਨੰਬਰਸ ਆਇਆ ਇਹਨੂੰ ਤਕਰੀਬਨ ਅੱਜ ਸਾਲ ਹੋ ਚਲੇ ਆ ਪਰ ਉਹਨਾਂ ਤੋਂ ਨਾ ਕਦੀ ਕੋਈ ਡਾਕੂਮੈਂਟ ਮੰਗਿਆ ਗਿਆ ਆ ਨਾ ਕੋਈ ਹੋਰ ਅਪਡੇਟਸ ਆਈਆਂ ਸੋ ਸਾਨੂੰ ਸੰਭਾਵਨਾ ਹੈ ਕਿ ਉਹ ਸਾਰੇ ਲੋਕ ਜਿਨ੍ਹਾਂ ਨੂੰ ਕੁਝ ਆ ਹੀ ਨਹੀਂ ਰਿਹਾ ਸੀਗਾ ਉਹ ਸਾਰੇ ਸ਼ਾਇਦ ਉਹ ਉਹਨਾਂ ਦੇ ਜਿਹੜੇ ਫਾਈਲਜ਼ ਤੇ ਕੰਮ ਕਰਨ ਵਾਲੇ ਬੰਦੇ ਸੀਗੇ ਉਹ ਛੱਡ ਕੇ ਜਾ ਚੁੱਕੇ ਨੇ ਜਾਂ ਮੂਵ ਕਰ ਚੁੱਕੇ ਨੇ ਅਤੇ ਉਹਨਾਂ ਫਾਈਲਸ ਤੇ ਕਦੀ ਕੰਮ ਹੀ ਨਹੀਂ ਹੋਇਆ ਹੈਗਾ ਯਾਰ ਜਸਰਾਜ ਸਿੰਘ ਹੱਲਣ ਮੰਗ ਕਰਦੇ ਹਨ ਕਿ ਸਰਕਾਰ ਨੂੰ ਇਸ ਉੱਪਰ ਪੂਰੀ ਪਾਰਦਰਸ਼ਤਾ ਨਾਲ ਜਾਂਚ ਕਰਕੇ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕਿ ਇਹ ਕਟਾਹੀ ਕਿਵੇਂ ਹੋਈ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੈ ਪੂਰੀ ਟ੍ਰਾਂਸਪੈਰੈਂਸੀ ਨਾਲ ਸਾਨੂੰ ਦੱਸਣ ਹੋਇਆ ਕਿ ਆ ਵੀ ਕਿੱਦਾਂ ਹੋਇਆ ਇਹਨਾਂ ਨੇ ਇਹ ਐਕਸ਼ਨ ਠੀਕ ਕਿੱਦਾਂ ਕਰਨਾ ਆ ਬਿਕਾਜ਼ ਵੀ ਸਟਿਲ ਡੋਨਟ ਸੀ ਐਨੀ ਪਲਾਨ ਵੀ ਇਹਨਾਂ ਨੇ ਅਹ ਜਿਹੜਾ ਗਲਤ ਕੰਮ ਕੀਤਾ ਆ ਹਾਊ ਆਰ ਦੇ ਗਨਕ ਫਿਕਸ ਇਟ ਅੰਨ ਦੇਖਣਾ ਪੈਣਾ ਪਹਿਲਾਂ ਵੀ ਕਿ ਨੰਬਰਸ ਕਿੰਨੇ ਨੇ ਤੇ ਜਸਟ ਜਸਟ ਲਾਈਕ ਤੁਸੀਂ ਜਿੱਦਾਂ ਗੱਲ ਕੀਤੀ ਆ ਵੀ ਉਹਨਾਂ ਨੇ ਦੂਜੇ ਪਲਾਨ ਬਣਾ ਲਏ ਆ ਐਂਡ ਐਂਡ ਆਈ ਥਿੰਕ ਇਟ ਨੀਡ ਟੂ ਬੀ ਆਨ ਕੇਸ ਬਾਈ ਕੇਸ ਬੇਸਿਸ ਡਿਪੈਂਡਿੰਗ ਔਨ ਵਾਟ ਵਰ ਦੈਟ ਕੇਸ ਵਾਸ ਆਟ ਇਨਾ ਐਪਲੀਕੇਸ਼ਨਾਂ ਵਿੱਚੋਂ ਇੱਕ ਐਪਲੀਕੇਸ਼ਨ ਸਾਲ 2006 ਦੀ ਵੀ ਹੈ ਜੇ ਸੁਪਰ ਕੰਮ ਨਹੀਂ ਹੋਇਆ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਐਪਲੀਕੈਂਟਸ ਦੀ ਸਰਕਾਰ ਪਰ ਭਾਈਤਾ ਨਹੀਂ ਕਰ ਸਕਦੀ ਪਰ ਸੰਦੀਪ ਸਿੰਘ ਅਨੁਸਾਰ ਸਰਕਾਰ ਨੂੰ ਉਸ ਦਾ ਬਣਦਾ ਹਰਜਾਨਾ ਜ਼ਰੂਰ ਦੇਣਾ ਚਾਹੀਦਾ ਹੈ 2006 ਵਾਲਾ ਜਿਹੜਾ ਕੇਸ ਆ ਉਹ ਇੱਕ ਹਿਸਟੋਰਿਕ ਐਗਜ਼ਾਮਪਲ ਬਣੇਗੀ ਉਹ ਕਿ ਤੁਸੀਂ 2006 ਤੋਂ ਅੱਜ ਆਪਾਂ 2022 ਵੀ ਮੁੱਕ ਗਿਆ ਲਾਈਕ ਇਨੇ ਸਾਲ ਤੁਸੀਂ ਉਹ ਬੰਦੇ ਦੇ ਕਿਵੇਂ ਵਾਪਸ ਕਰਨੇ ਆ ਉਹ ਬੰਦਾ ਅੱਜ ਕਿੱਥੇ ਆ ਕੀ ਕਰ ਰਿਹਾ ਹੈ ਕਿ ਵੀ ਕਿ ਸਿਚੁਏਸ਼ਨ ਤੇ ਆ ਸੋ ਇਹਨੂੰ ਇਹਨੂੰ ਕੋਈ ਛੋਟਾ ਮੋਟਾ ਫੈਂਸ ਨਹੀਂ ਮੰਨਣਾ ਚਾਹੀਦਾ ਜਸਰਾਜ ਸਿੰਘ ਹੱਲਣ ਦਾ ਕਹਿਣਾ ਹੈ ਕਿ ਸਾਲ 2015 ਤੋਂ ਲੈ ਕੇ ਹੁਣ ਤੱਕ ਲਿਬਰਲ ਸਰਕਾਰ ਜੌਨ ਮਕੇਲਮ ਅਹਿਮਦ ਹੁਸੈਨ ਮਾਰਕੋ ਮੈਂਡੀਚੀਨੋ ਅਤੇ ਹੁਣ ਸੌਨ ਫਰੇਜ਼ਰ ਤੱਕ ਚਾਰ ਇਮੀਗ੍ਰੇਸ਼ਨ ਮਿਨਿਸਟਰ ਬਦਲ ਚੁੱਕੀ ਹੈ ਹੱਲਣ ਦਾ ਸੋਚਣਾ ਹੈ ਕਿ ਹੁਣ ਵੀ ਸਰਕਾਰ ਵਿਰੋਧਤਾ ਤੋਂ ਬਚਣ ਦੀ ਮਾਰੀ ਮਿਨਿਸਟਰ ਬਦਲ ਸਕਦੀ ਹੈ ਜਦੋਂ ਵੀ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਟੁੱਟ ਜਾਂਦਾ ਜਾਂ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਇਹਦੇ ਥੱਲੇ ਕਰਕੇ they instead of fixing the problem oh minister badal dande ya so pitchay che sanu to assi char already different minister dekh chukke aan mainu eh lag reha hai ki agar sal tak oh bhi inna ne badal dana just so bhi clean slate majave onna nu jehdi incompetence hi a oh cover karan ge ede naal ਇਸ ਮਾਮਲੇ ਤੇ ਜਦੋਂ ਅਸੀਂ ਆਈਆਰਸੀਸੀ ਦੇ ਵਿਭਾਗ ਤੱਕ ਪਹੁੰਚ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਕਿ ਰਿਪੋਰਟ ਵਿੱਚ ਹਵਾਲਾ ਦਿੱਤੀਆਂ ਗਈਆਂ 60 ਹਜ਼ਾਰ ਅਰਜ਼ੀਆਂ ਉੱਪਰ ਕੰਮ ਹੋ ਰਿਹਾ ਹੈ ਰਿਪੋਰਟ ਗਲਤ ਰੰਗ ਨਾਲ ਪੇਸ਼ ਕਰਦੀ ਹੈ ਕਿ ਐਪਲੀਕੇਸ਼ਨ ਉਹਨਾਂ ਕੋਲ ਹਨ ਜੋ ਹੁਣ ਕੰਮ ਨਹੀਂ ਕਰਦੇ ਸਿਸਟਮ ਵਿੱਚ ਐਪਲੀਕੈਂਟਸ ਦੇ ਖਾਤੇ ਇੱਕ ਵਾਰ ਨਾਸਰਗਰਮ ਹੋ ਜਾਣ ਤੋਂ ਬਾਅਦ ਅਕਾਊਂਟਸ ਵਿੱਚ ਮਟਾਏ ਨਹੀਂ ਜਾਂਦੇ ਭਾਵੇਂ ਕਿ ਕੋਈ ਕਰਮਚਾਰੀ ਕੰਮ ਛੱਡ ਗਿਆ ਹੋਵੇ ਕਾਨੂੰਨੀ ਲੋੜਾਂ ਲਈ ਉਸ ਕਰਮਚਾਰੀ ਦਾ ਨਾਮ ਸ਼ਾਮਿਲ ਕੀਤਾ ਜਾਂਦਾ ਹੈ ਭਾਵੇਂ ਉਹ ਸੇਵਾ ਮੁਕਤ ਵੀ ਹੋ ਗਿਆ ਹੋਵੇ ਜਸਪ੍ਰੀਤ ਪੰਦੇਰ ਓਮਨੀ ਨਿਊਜ਼ ਟੋਰਾਂਟੋ